ਪਿਆਰੇ ਵੀਰੋ, ਵੀਰੋ ਜੈ ਭੀਮ ਜੈ ਭਾਰਤ ਨਮੋ ਬੁੱਧਾ। ਮੈਂ ਅੱਜ ਕਾਫੀ ਕੁਛ ਕਹਿ ਚੁੱਕਾ ਹਾਂ, ਬਹੁਤਾ ਜ਼ਿਆਦਾ ਲਗਾਤਾਰ ਬੋਲਣਾ ਵੀ ਠੀਕ ਨਹੀਂ ਹੁੰਦਾ। ਥੋੜ੍ਹਾ ਸਮਾਂ ਪਾ ਕੇ, ਥੋੜ੍ਹਾ ਵਕਫਾ ਲੈ ਕੇ ਕੋਈ ਵੱਡੀ ਚਰਚਾ ਜਾਂ ਵੱਡੇ ਮਸਲੇ 'ਤੇ ਸਾਨੂੰ ਗੱਲਬਾਤ ਕਰਨੀ ਚਾਹੀਦੀ ਹੈ। ਪਰ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਕੁਝ ਮਸਲੇ ਵਾਰ ਵਾਰ ਸਾਹਮਣੇ ਖੜ੍ਹੇ ਹੁੰਦੇ ਆ ਕੇ, ਅਗਰ ਉਹਨਾਂ ਨੂੰ ਇਗਨੋਰ ਕੀਤਾ ਜਾਵੇ ਜਾਂ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾਵੇ ਤਾਂ ਮਸਲੇ ਮੁੱਕਦੇ ਨਹੀਂ, ਹੋਰ ਵੱਡੇ ਵੱਡੇ ਜਾਂਦੇ ਆ। ਤੁਹਾਨੂੰ ਪਤਾ ਹੈ ਕਿ ਮੈਂ ਜਦੋਂ ਬਾਬਾ ਸਾਹਿਬ ਅੰਬੇਡਕਰ ਨੂੰ ਪੜ੍ਹਿਆ 80-81 ਚ ਜਾਣਿਆ, ਤਦ ਮੈਂ ਧਰਮਾਂ ਨੂੰ ਵੀ ਪਛਾਣਿਆ, ਅਲੱਗ ਅਲੱਗ ਧਰਮਾਂ ਦਾ ਮੁੜ ਤੋਂ ਅਧਿਐਨ ਕੀਤਾ ਔਰ ਸਿੱਖ ਧਰਮ ਤੇ ਸਿੱਖ ਸਮਾਜ ਦੋਨਾਂ ਨੂੰ ਅਲੱਗ ਅਲੱਗ ਪਛਾਣਨ ਦਾ ਪੂਰਾ ਯਤਨ ਕੀਤਾ ਤੇ ਦੇਖਿਆ ਕਿ ਸਿੱਖ ਧਰਮ ਹੋਰ ਚੀਜ਼ ਹੈ ਔਰ ਸਿੱਖ ਸਮਾਜ ਹੋਰ ਚੀਜ਼ ਹੈ। ਦੋਨਾਂ ਵਿਚਕਾਰ ਅਸਲੀਅਤ ਦਾ, ਜ਼ਮੀਨੀ ਹਕੀਕਤ ਦਾ ਜਾਂ ਧਰਮ ਦੀ ਸੱਚਾਈ ਦਾ ਮਿਲਾਪ ਨਹੀਂ। ਔਰ ਮੈਂ ਫਿਰ ਕੋਸ਼ਿਸ਼ ਕਰਦਾ ਰਿਹਾ, ਉਹ ਬਹੁਤ ਸਾਰੇ ਮੁੱਦੇ ਖੜੇ ਜਿਹੜੇ ਉਹਨਾਂ ਦੀ ਚਰਚਾ ਕਰਨ ਦੀ ਮੈਂ ਲਿਖਤੀ ਰੂਪ 'ਚ ਵੀ ਚਰਚਾ ਕੀਤੀ, ਹਜ਼ਾਰਾਂ ਆਰਟੀਕਲ ਲਿਖੇ ਜਿਨ੍ਹਾਂ 'ਚ ਅੱਧੇ ਆਰਟੀਕਲ ਮੇਰੇ ਇਹੋ ਜਿਹੇ ਹੋਣਗੇ ਜਿਨ੍ਹਾਂ 'ਚ ਮੈਂ ਸਿੱਖ ਧਰਮ ਦੀ ਔਰ ਸਿੱਖ ਸਮਾਜ ਦੀ ਚਰਚਾ ਕੀਤੀ ਹੈ। ਔਰ ਮੈਂ ਵੱਡੀਆਂ ਕਾਨਫਰੰਸਾਂ ਦੇ ਵਿੱਚ, ਸੰਮੇਲਨਾਂ ਦੇ ਵਿੱਚ ਜੋ ਹਜ਼ਾਰਾਂ ਦੀ ਗਿਣਤੀ 'ਚ ਹੈ, ਉਹਨਾਂ 'ਚ ਸਿੱਖ ਧਰਮ ਦੀ ਬਹੁਤ ਵੱਡੀ ਚਰਚਾ ਕੀਤੀ। ਔਰ ਫਿਰ ਮੈਂ ਇਹ ਵੀ ਕੋਸ਼ਿਸ਼ ਕੀਤੀ ਲਿਖਣ ਦੀ ਕਿ ਜਿਹੜੇ ਸਿੱਖ ਵੀਰ ਸਾਡੇ ਧਰਮ ਦੇ ਕਾਬਜ ਹੈ, ਜਿਨ੍ਹਾਂ ਦਾ ਸਿੱਖ ਧਰਮ ਦੇ ਉੱਤੇ ਕਬਜ਼ਾ ਹੈ, ਉਹਨਾਂ ਨੂੰ ਬ੍ਰਾਹਮਣੀ ਜਾਤੀਵਾਦ ਚੋਂ ਨਿਕਲ ਕੇ ਬਾਕੀ ਸਿੱਖ ਭਰਾਵਾਂ ਨਾਲ ਵੀ ਬਰਾਬਰੀ ਦਾ ਵਿਹਾਰ ਕਰਨਾ ਚਾਹੀਦਾ ਔਰ ਉਹਨਾਂ ਨਾਲ ਮਿੱਤਰਤਾ ਵਾਲਾ, ਭਾਈਚਾਰੇ ਵਾਲਾ ਵਿਹਾਰ ਕਰਨਾ ਚਾਹੀਦਾ। ਜਾਤੀ ਦੀ ਦੀਵਾਰ ਨੂੰ ਖੜੀ ਨਹੀਂ ਰੱਖਣਾ ਚਾਹੀਦਾ। ਮੈਂ ਇਹਦੇ 'ਤੇ ਬਹੁਤ ਕੁਛ ਬੋਲਿਆ, ਬਹੁਤ ਕੁਛ ਲਿਖਿਆ ਔਰ ਇਹਦੇ ਉਸ ਗੱਲ ਨੂੰ ਪ੍ਰਮਾਣਿਤ ਕੀਤਾ ਗੁਰਬਾਣੀ ਦੇ ਸ਼ਬਦਾਂ ਨਾਲ ਕਿ ਗੁਰੂ ਨੇ ਇੱਥੇ, ਇਸ ਗੁਰੂ ਨੇ ਇਹ ਕਿਹਾ, ਇਸ ਗੁਰੂ ਨੇ ਇਹ ਕਿਹਾ, ਇਸ ਗੁਰੂ ਨੇ ਇਹ ਕਿਹਾ। ਔਰ ਮੈਂ ਪਿਛਲੇ 30 ਸਾਲ ਸਤਿਗੁਰੂ ਨਾਮਦੇਵ, ਕਬੀਰ, ਰਵਿਦਾਸ ਬਾਣੀ ਆ ਜੀ
ਉਹਨੂੰ ਬਹੁਤ ਉਭਾਰਿਆ, ਉਹਦੇ ਸੱਚ ਨੂੰ ਬਹੁਤ ਉਭਾਰਿਆ, ਔਰ ਉਹ ਸ਼ਬਦ ਵਾਰ ਵਾਰ ਦੁਹਰਾ ਕੇ ਲੋਕਾਂ ਨੂੰ ਕੰਠ ਕਰਵਾਇਆ, ਔਰ ਉਹਦੇ ਤੇ ਵਿਸ਼ੇਸ਼ ਤੌਰ ਤੇ ਵੱਡੇ ਵੱਡੇ ਆਰਟੀਕਲ ਲਿਖ ਕੇ ਮੈਂ ਉਹਨਾਂ ਦੀ ਹਕੀਕਤ ਜਿਹੜੀ ਆ ਸਮਾਜ ਦੇ ਸਾਹਮਣੇ ਰੱਖੀ। ਮੈਂ ਉਹਨਾਂ ਵੱਲ ਕਿਉਂ ਪਰਤਿਆ, ਕਿਉਂਕਿ ਗੁਰੂਆਂ ਨੂੰ ਦੱਸਣ ਵਾਲੇ, ਗੁਰੂ ਦੀ ਗੱਲ ਤੇ ਚਰਚਾ ਕਰਨ ਵਾਲੇ ਔਰ ਗੁਰੂਆਂ ਦੀ ਉਸਤਤ ਕਰਨ ਵਾਲੇ ਜਾਂ ਗੁਰੂ ਦੇ ਵਿਚਾਰਧਾਰਾ ਨੂੰ ਲੋਕਾਂ ਦੇ ਵਿੱਚ ਕਥਾ ਕਰਨ ਵਾਲੇ ਲੱਖਾਂ ਲੋਕ, ਹਜ਼ਾਰਾਂ ਨਹੀਂ ਲੱਖਾਂ, ਹਜ਼ਾਰਾਂ ਸਾਧੂ ਸੰਤ ਔਰ ਲੱਖਾਂ ਪੁਜਾਰੀ ਭਾਈ ਢਾਡੀ ਰਾਗੀ ਔਰ ਲੇਖਕ ਵਿਦਵਾਨ, ਉਹ ਲੱਖਾਂ ਦੀ ਗਿਣਤੀ, ਔਰ ਉਹਨਾਂ ਲੱਖਾਂ ਦੇ ਵਿੱਚੋਂ ਬੜੀ ਮੁਸ਼ਕਲ ਨਾਲ 100 ਆਦਮੀ ਵੀ ਨਹੀਂ ਨਿਕਲ ਸਕਦਾ ਜਿਹਨੇ ਕਦੇ ਸੰਤ ਨਾਮਦੇਵ ਕਬੀਰ ਰਵਿਦਾਸ ਬਾਣੀ ਦੀ ਚਰਚਾ ਕੀਤੀ ਹੋਵੇ। ਅਗਰ ਉਹਨੇ ਕਦੇ ਕੋਈ ਚਰਚਾ ਕੀਤੀ ਹੈ ਕਦੀ ਤੁੱਕ ਬੋਲ ਕੇ, ਤਾਂ ਆਪਣੇ ਪ੍ਰਸੰਗ ਨੂੰ ਪੂਰਾ ਕਰਨ ਵਾਸਤੇ ਜਾਂ ਇਹ ਕਹਿਣ ਵਾਸਤੇ ਕਿ ਸਿੱਖ ਧਰਮ ਦੇ ਵਿੱਚ ਤਾਂ ਜਾਤ ਪਾਤ ਹੈ ਹੀ ਨਹੀਂ, ਅਸੀਂ ਤਾਂ ਜਾਤ ਪਾਤ ਨੂੰ ਮੰਨਦੇ ਹੀ ਨਹੀਂ, ਕੋਈ ਇਹ ਜੀ ਗੱਲ ਪੂਰੀ ਕਰਨ ਵਾਸਤੇ ਉਹ ਕਹਿੰਦੇ ਰਹੇ। ਮੈਂ ਜਦੋਂ 80-82 ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੁਬਾਰਾ ਪੜ੍ਹਿਆ ਔਰ ਫਿਰ ਮੈਂ ਸੰਤਾਂ ਦੀ ਬਾਣੀ ਨੂੰ ਵਾਰ ਵਾਰ ਪੜ੍ਹਿਆ, ਤਾਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਉਹ ਹਕੀਕਤ ਜਿਹੜੀ ਮੇਰੇ ਤੋਂ ਅਜੇ ਅਣਜਾਣ ਸੀ, ਮੈਂ ਜਿਸ ਤੋਂ ਚਾਹੇ ਮੈਂ ਬਹੁਤ ਛੋਟਾ ਹੁੰਦਾ ਪਾਠ ਕਰਨ ਲੱਗ ਗਿਆ ਸੀ, ਉਹਨੂੰ ਮੈਂ ਬਹੁਤ ਗੰਭੀਰਤਾ ਨਾਲ ਗਹਿਰਾਈ ਤੱਕ ਜਾਣਿਆ। ਉਹਨੂੰ ਜਾਣਨ ਤੋਂ ਬਾਅਦ ਮੈਂ ਉਸ ਬਾਣੀ ਦੀ ਚਰਚਾ ਕੀਤੀ ਜਿਹੜੀ ਸੰਤ ਨਾਮਦੇਵ ਕਬੀਰ ਰਵਿਦਾਸ ਨੇ ਲਿਖੀ ਔਰ ਬੜੀ ਵਿਸ਼ਾਲ ਬਾਣੀ, ਉਹ ਬ੍ਰਹਿਮੰਡ ਦਾ ਪੂਰਨ ਗਿਆਨ, ਮੈਂ ਬਹੁਤਾ ਕੁਛ ਨਾਮ ਵੀ ਬੋਲਾਂ, ਬ੍ਰਹਿਮੰਡ ਦਾ ਪੂਰਾ ਗਿਆਨ ਔਰ ਸਿੱਖੀ ਦਾ ਪੂਰਾ ਵਖਿਆਨ, ਸਿੱਖੀ ਕੀ ਆ ਉਹਦਾ ਵੀ ਵਖਿਆਨ, ਸਿੱਖ ਕੀ ਆ ਉਹਦਾ ਵੀ ਵਖਿਆਨ, ਸੱਚ ਕੀ ਆ ਉਹਦਾ ਵੀ ਵਖਿਆਨ ਹੈ, ਬ੍ਰਹਿਮੰਡ ਕੀ ਆ ਉਹਦਾ ਵੀ ਵਖਿਆਨ ਹੈ, ਔਰ ਬ੍ਰਹਿਮੰਡ ਦੇ ਵਿੱਚੋਂ ਸਿਰਜਿਆ ਗਿਆ ਆਦਮੀ ਉਹਦਾ ਵੀ ਵਖਿਆਨ ਹੈ, ਜ਼ਿੰਦਗੀ ਤੇ ਮੌਤ ਦਾ ਵੀ ਵਖਿਆਨ, ਅਗਲੇ ਜਨਮ ਤੇ ਪਿਛਲੇ ਜਨਮ ਦਾ ਵੀ ਵਖਿਆਨ, ਬ੍ਰਾਹਮਣ ਦੇ ਗ੍ਰੰਥਾਂ ਦਾ ਤਸੱਲੀ ਨਾਲ ਵਖਿਆਨ ਕੀਤਾ ਗਿਆ, ਕੋਈ ਕਸਰ ਨਹੀਂ ਛੱਡੀ। ਔਰ ਮੈਂ 30-32 ਸਾਲ ਲਗਾਤਾਰ ਉਹਦੇ ਤੇ ਚਰਚਾ ਕੀਤੀ ਔਰ ਜਦੋਂ ਮੈਨੂੰ ਪੂਰੀ ਗੱਲ ਦੀ ਸਮਝ ਲੱਗ ਗਈ ਤਾਂ ਮੈਂ ਬਾਣੀ ਦੇ ਬਹੁਤ ਸਾਰੇ ਸ਼ਬਦ ਹੈ ਜਿਹੜੇ ਸਤਿਗੁਰੂ ਨਾਮਦੇਵ ਨੇ ਕਹੇ, ਸਤਿਗੁਰੂ ਕਬੀਰ ਨੇ ਕਹੇ, ਗੁਰੂ ਰਵਿਦਾਸ ਨੇ ਕਹੇ, ਜਿਹੜੇ ਉਸ ਵੇਲੇ ਮੇਰੇ ਸਾਹਮਣੇ ਆਏ, ਬਾਅਦ ਤਾਂ ਬਹੁਤ ਸਾਰੇ ਹੋਰ ਵੀ ਬਹੁਤ ਸਾਰੇ ਸ਼ਬਦ ਆਏ, ਪਰ ਜਿੰਨੇ ਉਸ ਵੇਲੇ ਮੇਰੇ ਸਾਹਮਣੇ ਸੀ ਉਹ ਮੈਂ ਭਾਰਤੀ ਲੋਕ ਨੀਚ ਕਿਵੇਂ ਬਣੇ ਦਰਜ ਕਰਦੇ, ਤਾਂ ਕਿ ਹਕੀਕਤ ਲੋਕਾਂ ਨੂੰ ਸਮਝ ਸਕੇ ਲੱਗੇ। ਇਹ ਸਾਡੀ ਖੁਸ਼ਕਿਸਮਤੀ ਸੀ ਕਿ ਖਾਸ ਕਰਕੇ ਦਲਿਤ ਸਮਾਜ ਆ ਜਿਹੜਾ ਪਛੜਿਆ ਨਹੀਂ,
ਦਲਿਤ ਸਮਾਜ ਜਿਹਨੂੰ ਇਹ ਦੁਨ ਹੈ ਦਲਿਤ ਹੀ ਦੁਨ ਪਰ ਇੱਕ ਨੂੰ ਪਛੜਿਆ ਕਹਿ ਕੇ ਗੱਲ ਸਮਝ ਲੱਗਦੀ ਹੈ ਔਰ ਦੂਸਰੇ ਨੂੰ ਦਲਿਤ ਕਹਿ ਕੇ ਗੱਲ ਸਮਝ ਲੱਗਦੀ ਹੈ ਜਾਣੀ ਉਹ ਫਾਸਲਾ ਥੋੜਾ ਜਿਹਾ ਬਣ ਜਾਂਦਾ ਕਿ ਇਹ ਇਹ ਪਛੜੇ ਹੈ ਇਹ ਉਦੋਂ ਪਛੜੇ ਜਿਹੜੇ ਸਭ ਤੋਂ ਨੀਵੇਂ ਪਛੜੇ ਲੋਕ ਆ ਉਹਨਾਂ ਨੇ ਗੱਲ ਬਹੁਤ ਛੇਤੀ ਸਮਝੀ ਔਰ ਪੂਰੇ ਪੰਜਾਬ ਚ ਨਹੀਂ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਰਾਜਸਥਾਨ ਯੂਪੀ ਬਿਹਾਰ ਤੱਕ ਜਿੱਥੇ ਲੋਕ ਸਿੱਖ ਬੈਠੇ ਸੀ ਜਾਂ ਪੰਜਾਬੀ ਲੋਕ ਬੈਠੇ ਸੀ ਉਹਨਾਂ ਨੇ ਸਮਝੀ ਔਰ ਫਿਰ ਮੈਂ ਜਦ ਹਿੰਦੀ ਚ ਲਿਖਿਆ ਤਾਂ ਹਿੰਦੀ ਬੈਲਟ ਨੇ ਉਹ ਗੱਲ ਸਮਝੀ ਜਾਣੀ ਮਹਾਰਾਸ਼ਟਰ ਤੱਕ ਗੁਜਰਾਤ ਤੱਕ ਮੇਰੀ ਗੱਲ ਸਮਝੀ ਲੱਗੀ ਉਸ ਤੋਂ ਬਾਅਦ ਮੈਂ ਅੰਗਰੇਜ਼ੀ ਚ ਲਿਖ ਦਲਿਤ ਬੁਆਇਸ ਮਿੱਟੀ ਰਾਜ ਸ਼ੇਖਰ ਹੋਣੀ ਚਲਾਉਂਦੇ ਸੀ ਮੈਂ ਉਹਦੇ ਰਾਹੀਂ ਆਰਟੀਕਲ ਲਿਖਦਾ ਤਾਂ ਪੂਰੇ ਭਾਰਤ ਦੇ ਵਿੱਚ ਚੱਲਦੇ ਤਾਂ ਪੂਰੇ ਭਾਰਤ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਸਿੱਖ ਧਰਮ ਹੈ ਜਿਹੜਾ ਉਹਦੇ ਚ ਕੌਣ ਕੌਣ ਮਨੁੱਖ ਹੈ ਜਿਹਨਾਂ ਨੇ ਸੰਘਰਸ਼ ਕੀਤਾ ਔਰ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਸਤਿਗੁਰੂ ਨਾਮਦੇਵ ਕਬੀਰ ਰਵਿਦਾਸ ਤੇ ਗੁਰੂ ਨਾਨਕ ਦਾ ਜਿਹੜਾ ਨਾਂ ਹੈ ਉਹ ਪੂਰੇ ਭਾਰਤ ਦੇ ਵਿੱਚ ਇੱਕ ਵਿਸ਼ੇਸ਼ ਦ੍ਰਿਸ਼ਟੀ ਤੋਂ ਫੈਲਿਆ ਔਰ ਉਹਦੇ ਨਾਲ ਹੀ ਮੈਂ ਜਿਹੜੀ ਗੱਲ ਮੇਰਾ ਨਿਸ਼ਾਨਾ ਸੀ ਉਹ ਬ੍ਰਾਹਮਣਵਾਦ ਤੇ ਜਾਤੀਵਾਦ ਸੀ ਉਹਨੂੰ ਖਤਮ ਕਰਨਾ ਸੀ ਤਾਂ ਮੈਂ ਸਿੱਖ ਭਰਾਵਾਂ ਨੂੰ ਵਾਰ ਵਾਰ ਉਹ ਕਮਜ਼ੋਰੀਆਂ ਦਿਖਾਉਂਦਾ ਰਿਹਾ ਕਿ ਤੁਸੀਂ ਪਿੰਡਾਂ 'ਚ ਸਿਵੇ ਵੱਖਰੇ ਬਣਾਏ ਹੋਏ ਆ ਇਹ ਤੁਹਾਡਾ ਜਿਹੜਾ ਜਾਤੀ ਦੀਵਾਰ ਹੈ ਇਹਨੂੰ ਢਾ ਦੇਣਾ ਚਾਹੀਦਾ ਤੁਹਾਡੇ ਕਰਕੇ ਗੁਰੂ ਘਰ ਲੋਕਾਂ ਨੇ ਤਖਾਣਾ ਨੇ ਚੀਂਬਿਆਂ ਨੇ ਚੌਰਾਂ ਨੇ ਕਬੋਆਂ ਨੇ ਰਾਈ ਸਿੱਖਾਂ ਨੇ ਚਮਾਰਾਂ ਨੇ ਮਜ਼ਬੀਆਂ ਨੇ ਜਲਾਇਆਂ ਨੇ ਸਭ ਨੇ ਲਵਾਣਿਆਂ ਨੇ ਆਪਣੇ ਆਪਣੇ ਗੁਰੂ ਘਰ ਬਣਾ ਲਿਆ ਸਿਰਫ ਇਸ ਕਰਕੇ ਕਿ ਉਹ ਇੱਕ ਪਹਿਲੇ ਗੁਰੂ ਘਰ ਦੇ ਵਿੱਚ ਜਦੋਂ ਜਾਂਦੇ ਤਾਂ ਉਹਨਾਂ ਨਾਲ ਅਪਮਾਨਿਤ ਵਿਹਾਰ ਹੁੰਦਾ ਸੀ ਉਹ ਅਪਮਾਨਿਤ ਵਿਹਾਰ ਨੇ ਉਹਨਾਂ ਨੂੰ ਮਜਬੂਰ ਕੀਤਾ ਕਿ ਉਹ ਆਪਣੇ ਅਲੱਗ ਗੁਰੂ ਘਰ ਨੂੰ ਕਰਨ ਤਾਂ ਸਿੱਖਾਂ ਨੇ ਉਹਨਾਂ ਨੂੰ ਰੋਕਿਆ ਉਹ ਜਿਹੜਾ ਵਿਹਾਰ ਹੈ ਜਾਤੀ ਵਿਹਾਰ ਹੈ ਉਹ ਇੰਨਾ ਤੇਜ਼ ਅੱਗੇ ਵਧਿਆ ਕਿ ਲੋਕਾਂ ਨੇ ਰਾਧਾ ਸਵਾਮੀ ਸੱਚਾ ਸੌਦਾ ਨਿਰੰਕਾਰੀ ਇਹ ਡੇਰੇ ਸਥਾਪਿਤ ਕਰ ਲਏ ਹੌਲੀ ਹੌਲੀ 100-200 ਡੇਰਾ ਰਵਿਦਾਸੀਆਂ ਦਾ ਤੇ 100 ਡੇਰਾ ਕਰੀਬ 100 ਦੇ ਕਰੀਬ ਜਿਹੜੇ ਮੰਦਰ ਵਾਲਮੀਕਾਂ ਦੇ ਤੇ ਹੋਰ ਲੋਕਾਂ ਦੇ ਸਥਾਪਿਤ ਮੈਂ ਇਹਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਔਰ ਮੈਂ ਜ਼ਿੰਮੇਵਾਰ ਲੋਕਾਂ ਨੂੰ ਬਕਾਇਦਾ ਤੌਰ ਤੇ ਵਾਰ ਵਾਰ ਚਿਤਾਰਦਾ ਰਿਹਾ ਕਿ ਤੁਹਾਡੀ ਗਲਤੀਆਂ ਕਰਕੇ ਇਹ ਹੋ ਰਿਹਾ ਤਾਂ ਤੁਸੀਂ ਸਿੱਖ ਹੋ ਗੁਰੂ ਦੇ ਸਿੱਖ ਹੋ ਇਸ ਕਰਕੇ ਤੁਹਾਨੂੰ ਇਹ ਰੋਕਣਾ ਚਾਹੀਦਾ ਔਰ ਜਦੋਂ ਇਹ ਕੁਛ ਨਹੀਂ ਰੁਕਿਆ 3 ਦਹਾਕੇ ਜ਼ਿੰਦਗੀ ਦੇ ਲੰਘ ਲਏ 25-30 ਸਾਲ ਲੰਘ ਗਏ ਤਾਂ ਮੈਂ ਹੌਲੀ ਹੌਲੀ ਇਹ ਲਿਖਣਾ ਸ਼ੁਰੂ ਕੀਤਾ ਕਿ ਮੈਨੂੰ ਸਿੱਖ ਹੋਣ ਤੇ ਕੋਈ ਮਾਣ ਮਹਿਸੂਸ ਨਹੀਂ ਹੁੰਦਾ ਮੈਨੂੰ ਕੋਈ ਮਾਣ ਮਹਿਸੂਸ ਨਹੀਂ ਹੁੰਦਾ ਕਿ ਮੈਂ ਸਿੱਖ ਔਰ ਮੈਂ ਪਿਛਲੇ 25-27 ਸਾਲ ਤੋਂ ਬੁੱਧ ਧਰਮ ਦਾ ਵੀ ਅਧਿਐਨ ਕਰ ਰਿਹਾ ਸੀ
ਤਾਂ ਕਿ ਮੈਂ ਭਗਵਾਨ ਬੁੱਧ ਦੇ ਧਰਮ ਨੂੰ ਵੀ ਸਮਝ ਸਕਾਂ, ਬ੍ਰਾਹਮਣ ਦੇ ਧਰਮ ਨੂੰ ਵੀ ਸਮਝ ਸਕਾਂ, ਮੈਂ ਕੁਰਾਨ ਸ਼ਰੀਫ ਵੀ ਕਈ ਵਾਰ ਪੜ੍ਹਿਆ, ਉਹਨੂੰ ਵੀ ਸਮਝਿਆ ਮੈਂ, ਔਰ ਉਹਦਾ ਇੱਕ ਹਿੱਸਾ ਮੈਂ ਭਾਰਤੀ ਲੋਕ ਨਿੱਚ ਕੇ ਬਣੇ ਚ ਵੀ ਦਿੱਤਾ। ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਦਿਨ ਮੈਨੂੰ ਮਜਬੂਰ ਨੇ ਲਿਖਣਾ ਪਿਆ ਕਿ ਮੈਨੂੰ ਸਿੱਖ ਹੋਣ ਤੇ ਕੋਈ ਮਾਣ ਨਹੀਂ। ਇਹ ਸੰਕੇਤ ਸੀ ਇੱਕ ਆਪਣੇ ਸਮਾਜ ਵਾਸਤੇ, ਆਪਣੇ ਲੋਕਾਂ ਵਾਸਤੇ, ਕਿ ਅਸੀਂ ਜਾਤੀਵਾਦ ਦੇ ਵਿੱਚੋਂ ਨਾ ਨਿਕਲੇ, ਚਿੱਕੜ ਚੋਂ ਨਾ ਨਿਕਲੇ, ਤਾਂ ਸਾਡਾ ਚਿੱਕੜ ਚ ਖੜੇ ਰਹਿਣ ਦਾ ਕੋਈ ਇਰਾਦਾ ਨਹੀਂ, ਅਸੀਂ ਨਿਕਲ ਜਾਣਾ। ਇਸ ਹੱਦ ਤੱਕ ਜਦੋਂ ਗੱਲ ਆਈ ਤਾਂ ਬਹੁਤ ਸਾਰੇ ਸਿੱਖ ਹੈ ਜਿਨ੍ਹਾਂ ਨੂੰ ਮੈਂ ਜਾਣਦਾ, ਜਿਨ੍ਹਾਂ ਨੂੰ ਮੈਂ ਬਹੁਤ ਅੱਛੀ ਤਰ੍ਹਾਂ ਜਾਣਦਾ, ਪਛਾਣਦਾ ਵੀ, ਜਿਨ੍ਹਾਂ ਨਾਲ ਮੇਰੀ ਕਦੇ ਵਾਰਤਾਲਾਪ ਵੀ ਹੋਈ, ਜਾਂ ਜਿਨ੍ਹਾਂ ਨੂੰ ਮੈਂ ਦੇਖਿਆ ਨਹੀਂ ਪਰ ਉਹਨਾਂ ਦੀ ਗੱਲਬਾਤ ਸੁਣਦਾ ਰਿਹਾ, ਪੜ੍ਹਦਾ ਰਿਹਾ। ਮੈਂ ਉਹਨਾਂ ਨੇ ਬਹੁਤ ਜ਼ਬਰਦਸਤ ਪ੍ਰਤੀਕਰਮ ਕੀਤੇ ਮੇਰੇ ਬਾਰੇ ਕਿ ਇਹ ਆਦਮੀ ਸਿੱਖ ਧਰਮ ਦੇ ਵਿੱਚ, ਇਹ ਸਿੱਖਾਂ ਦੇ ਵਿੱਚ ਇੱਕ ਵਿਰੋਧੀ ਕਿਸਮ ਦਾ ਆਦਮੀ, ਇਹ ਸਿੱਖ ਧਰਮ ਦਾ ਦੁਸ਼ਮਣ ਜਿਵੇਂ ਹੁੰਦੇ ਆ ਵਿਰੋਧੀ, ਉਸ ਤਰ੍ਹਾਂ ਦੀ ਇੱਕ ਜਮਾਤ ਦਾ ਆਦਮੀ ਹੈ। ਔਰ ਕਈਆਂ ਨੇ ਤਾਂ ਕਿਹਾ ਕਿ ਇਹ ਬ੍ਰਾਹਮਣਾਂ ਨੇ ਘੁਸਪੈਠ ਕਰਾਈ ਹੋਈ ਹੈ, ਜਾਣੀ ਬਜਾਏ ਇਸ ਗੱਲ ਦੇ ਕਿ ਇਹ ਸੱਜਣੇ ਮਿੱਤਰ ਜਾਂ ਸਿੱਖ ਸਮਾਜ ਇਹ ਸੋਚਦਾ ਕਿ ਉਹ ਜਾਤੀਵਾਦ ਤੇ ਕੇਂਦਰਿਤ ਹੋ ਕੇ ਉਲਟਾਉਂਦੇ ਜਾਂ ਸਿਵਿਆਂ ਨੂੰ ਇੱਕ ਕਰਦੇ ਜਾਂ ਗੁਰੂ ਘਰ ਇੱਕ ਬਣਾਉਣ ਦੀ ਕੋਸ਼ਿਸ਼ ਕਰਦੇ, ਉਹਦੇ ਕਾਰਨ ਲੱਭਦੇ ਕਿ ਕਿਉਂ ਗੁਰੂ ਘਰ ਲੱਗ ਰਿਹਾ, ਜਾਂ ਉਹ ਸੋਚਦੇ ਕਿ ਰਾਧਾ ਸਵਾਮੀਆਂ ਡੇਰਿਆਂ ਕੋਲ ਇਹ 50-60 ਲੱਖ ਆਦਮੀ ਚਲਾ ਗਿਆ, ਇਹ ਕਿਉਂ ਚਲਾ ਗਿਆ, ਇਹਦੀ ਚਿੰਤਾ ਕਰਦੇ। ਉਹਨਾਂ ਨੇ ਕੋਈ ਚਿੰਤਾ ਨਹੀਂ ਕੀਤੀ, ਚਿੰਤਾ ਕਰਨ ਦੀ ਥਾਂ ਤੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਮੈਨੂੰ ਨਿਸ਼ਾਨਾ ਬਣਾਇਆ ਔਰ ਬੜਾ ਵੱਡੀ ਪੱਧਰ ਤੇ ਇਹ ਮੇਰੇ ਖਿਲਾਫ ਲਿਖਿਆ ਵੀ ਗਿਆ, ਬੋਲਿਆ ਵੀ ਗਿਆ ਔਰ ਪ੍ਰਚਾਰਿਆ ਵੀ ਗਿਆ। ਮੈਂ ਜਿਹੜੀ ਚੀਜ਼ ਕਹਿ ਰਿਹਾ ਸੀ ਕਿ ਅਸੀਂ ਬਤੌਰ ਸਿੱਖ ਹੈ ਜਿਹੜੇ ਅਸੀਂ ਮਨੁੱਖ ਔਰ ਸਾਨੂੰ ਬਰਾਬਰੀ ਦਾ, ਜਿਹੜੀ ਗੁਰੂ ਦਾ ਸਭ ਤੋਂ ਵੱਡਾ ਸਿਧਾਂਤ ਬਰਾਬਰੀ ਹੈ, ਅਕਾਲ ਪੁਰਖ ਦਾ ਸਭ ਤੋਂ ਵੱਡਾ ਸਿਧਾਂਤ ਬਰਾਬਰੀ ਹੈ, ਔਰ ਸਾਡੀ ਸਰੀਰਕ ਮੰਤਰ ਦਾ ਸਭ ਤੋਂ ਵੱਡਾ ਜਿਹੜਾ ਪ੍ਰਮਾਣ ਆ ਉਹ ਬਰਾਬਰੀ ਹੈ, ਔਰ ਇਹ ਗੁਰੂ ਗ੍ਰੰਥ ਸਾਹਿਬ ਦਾ ਦਰਜਾ, ਸਾਨੂੰ ਉਹਦੇ ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ। ਮੈਂ ਵਾਰ 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 ਲਿਖਦਾ ਬੋਲਦਾ ਰਿਹਾ ਔਰ 30 ਸਾਲ ਕਹਿੰਦਾ ਰਿਹਾ। ਹੁਣ ਮੈਂ ਛੋਟੀ ਜਾਤ ਜੰਮਿਆ ਸੀ, ਮੇਰੀ ਬਾਤ ਛੋਟੀ ਰਹਿ ਗਈ, ਕਿਸੇ ਨੇ ਪਰਵਾਹ ਨਹੀਂ ਕੀਤੀ, ਤੇ ਜਿਹਨੇ ਪਰਵਾਹ ਕੀਤੀ ਉਹਨੇ ਕੀ ਕਿਹਾ, ਮੈਂ ਬ੍ਰਾਹਮਣੀ ਤਾਕਤਾਂ ਦਾ ਛੱਡਿਆ ਹੋਇਆ ਆਦਮੀ ਆ ਜਿਹੜਾ ਧਰਮ ਦੇ ਖਿਲਾਫ ਗੱਲਾਂ ਕਰਦਾ। ਜਦੋਂ ਹਾਲਾਤ ਨਹੀਂ ਬਦਲੇ ਤਾਂ 22 ਤਰੀਕ ਨੂੰ ਮੈਂ ਬੁੱਧ ਧਰਮ ਚਲਾ ਗਿਆ। ਸੈਂਕੜੇ ਸਾਥੀ ਮੇਰੇ ਨਾਲ ਗਏ, ਜੱਟਾਂ ਦੇ ਮੁੰਡੇ, ਚਮਾਰਾਂ ਦੇ ਮੁੰਡੇ, ਮਜ਼ਬੀਆਂ ਦੇ ਮੁੰਡੇ, ਬਾਲਬੀਕਾਂ ਦੇ ਮੁੰਡੇ, ਜਲਾਹਿਆਂ ਦੇ ਮੁੰਡੇ, ਤਖਾਣਾ ਦੇ ਮੁੰਡੇ, ਰਾਏ ਸਿੱਖ, ਹੋਰ ਬਹੁਤ ਸਾਰੀਆਂ ਜਾਤੀਆਂ ਜਿਹੜੀਆਂ ਉੱਥੇ, ਜਿਹਨਾਂ ਚ ਬਾਜੀਗਰ ਵੀ ਸ਼ਾਮਿਲ ਸੀ,
ਬੋਰਗੇ ਵੀ ਸ਼ਾਮਿਲ ਸੀ। ਜਾਣੀ ਇੰਨੀਆਂ ਜਾਤੀਆਂ ਦੇ ਲੋਕ ਜਿਹੜੇ ਆ ਉਹ ਮੇਰੇ ਨਾਲ ਧਰਮ ਚਲੇ ਗਏ। ਇਹ ਸਾਰਿਆਂ ਨੇ ਵੇਖਿਆ, ਇਹ ਕੋਈ ਲੁਕੀ ਛਿਪੀ ਗੱਲ ਨਹੀਂ ਹੈ, ਇਹ ਸਭ ਨੇ ਵੇਖਿਆ। ਹੁਣ ਦੇਖਣ ਵਾਲੀ ਗੱਲ ਕੀ, ਅਗਲੀ ਗੱਲ ਕਿ ਜਦੋਂ ਮੈਂ ਧਰਮ ਪਰਿਵਰਤਨ ਕਰਕੇ ਸਮਾਜ ਨੂੰ ਬਰਾਬਰੀ ਦੇ ਰਸਤੇ ਤੇ ਲਿਜਾਣ ਵਾਸਤੇ ਏਡਾ ਵੱਡਾ ਕਦਮ ਚੁੱਕਿਆ, ਮੈਂ ਆਪਣੇ ਪੁਰਖਿਆਂ ਦੇ ਧਰਮ ਦੇ ਵਿੱਚੋਂ ਨਿਕਲ ਕੇ ਦੂਜੇ ਪੁਰਖੇ ਜਿਹੜੇ ਮੇਰੇ ਉਹਨਾਂ ਦੇ ਧਰਮ ਦੇ ਵਿੱਚ ਚਲਾ ਗਿਆ, ਜਦੋਂ ਕਿ ਕੋਈ ਅੰਤਰ ਨਹੀਂ, ਮੈਂ ਜਾਣਦਾ ਕਿ ਕੋਈ ਅੰਤਰ ਨਹੀਂ। ਮੇਰੇ ਪੁਰਖੇ ਖੱਬੇ ਹੱਥ ਖੜੇ ਜਾਂ ਮੇਰੇ ਪੁਰਖੇ ਸੱਜੇ ਹੱਥ ਖੜੇ ਆ, ਮੇਰੇ ਪੁਰਖੇ ਸਾਹਮਣੇ ਖੜੇ ਆ ਜਾਂ ਮੇਰੇ ਪਿੱਛੇ ਖੜੇ ਆ, ਉਹ ਮੇਰੇ ਪੁਰਖੇ ਆ। ਔਰ ਉਹਨਾਂ ਨੇ ਜੋ ਕਿਹਾ ਮੈਂ ਜਾਣਦਾ। ਹੁਣ ਮੇਰਾ ਸੰਕੇਤ ਸੀ ਕਿ ਸਿੱਖ ਭਰਾ ਇਹ ਭਾਈਚਾਰਕ ਜਿਹੜੀ ਸਾਂਝ ਹੈ, ਜਿਹੜੀ ਕੁਦਰਤੀ ਸਾਂਝ ਹੈ, ਬ੍ਰਹਿਮੰਡੀ ਸਾਂਝ ਹੈ, ਜਾਂ ਜਿਹੜੀ ਗੁਰੂਆਂ ਨੇ ਸਾਨੂੰ ਦੱਸੀ ਹੈ, ਉਹਨੂੰ ਮੰਨ ਕੇ ਸਾਨੂੰ ਜਾਤੀਵਾਦ ਤੋਂ ਮੁਕਤ ਹੋਣਾ ਚਾਹੀਦਾ। ਇਸ ਗੱਲ ਦੀ ਬਜਾਏ ਪ੍ਰਤੀਕਰਮ ਹੋਇਆ, ਪਰ ਇਹਨਾਂ ਜ਼ਬਰਦਸਤ ਪ੍ਰਤੀਕਰਮ ਹੋਣ ਨਹੀਂ ਦਿੱਤਾ, ਕਿਉਂਕਿ ਮੈਂ ਬਹੁਤ ਸਾਰੇ ਲੋਕ ਹੈ ਜਿਹੜੇ ਉਹਨਾਂ ਨੂੰ ਇਹ ਸਮਝਾਉਣ ਚ ਸਮਰੱਥ ਹੋ ਗਿਆ ਕਿ ਭਲੇ ਹੀ ਮੈਂ ਭਗਵਾਨ ਬੁੱਧ ਦੇ ਧਰਮ ਚ ਚਲਾ ਗਿਆ, ਪਰ ਮੇਰੇ ਵਾਸਤੇ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਜਾਂ ਗੁਰੂ ਅਰਜਨ ਆ ਜਿਹੜੇ ਉਹ ਓਨੇ ਹੀ ਪਿਆਰੇ ਆ ਜਿੰਨੇ ਬਾਬਾ ਸਾਹਿਬ ਅੰਬੇਡਕਰ, ਜੋਤੀਰਾਵ ਫੂਲੇ ਜਾਂ ਭਗਵਾਨ ਬੁੱਧ ਜਾਂ ਸੰਤ ਕਵੀ ਜਾਂ ਸਤਿਗੁਰੂ ਨਾਮਦੇਵ ਜਾਂ ਸਤਿਗੁਰੂ ਰਵਿਦਾਸ। ਜਾਣੀ ਮੇਰੇ ਪੁਰਖੇ ਮੈਨੂੰ ਇੱਕੋ ਜਿਹੇ ਪਿਆਰੇ, ਤੇ ਮੇਰੇ ਪੁਰਖਿਆਂ ਦੀ ਵਿਚਾਰਧਾਰਾ, ਮੇਰੀ ਵਿਚਾਰਧਾਰਾ ਉਹ ਮੇਰੀ ਜਾਇਦਾਦ, ਮੇਰੇ ਪੁਰਖਿਆਂ ਦਾ ਖਜ਼ਾਨਾ। ਤੇ ਜਿਨ੍ਹਾਂ ਲੋਕਾਂ ਨੂੰ ਬੁੱਧ ਧਰਮ ਦਾ ਊੜਾ ਆੜਾ ਨਹੀਂ ਸੀ ਆਉਂਦਾ, ਮੈਂ ਉਹਨਾਂ ਨੂੰ ਦੋ ਮਹੀਨਿਆਂ ਦੇ ਅੰਦਰ ਅੰਦਰ ਬੁੱਧ ਧਰਮ ਦੀ ਬੁਨਿਆਦੀ ਗੱਲਾਂ ਸਮਝਾ ਦਿੱਤੀਆਂ ਸਾਰੀਆਂ ਉਹ ਰਿਕਾਰਡ ਚ, ਉਹ ਸਾਰੀਆਂ ਚੀਜ਼ਾਂ ਰਿਕਾਰਡ ਚ ਹੈ। ਮੈਂ ਜਲਦੀ ਉਹਦੀ ਨਵੀਂ ਸੀਡੀ ਜਿਹੜੀ ਹੈ ਉਹ ਤਿਆਰ ਕਰਕੇ ਲੋਕਾਂ ਚ ਭੇਜਣ ਵਾਲਾ ਹੈ, ਕਿਉਂਕਿ ਟਾਈਮ ਲੱਗਦਾ ਹੈ, ਟਾਈਮ ਲੱਗਣ ਤੇ ਹੋਰ ਕੰਮ ਵੀ ਬਹੁਤ ਕਰਨੇ ਹੁੰਦੇ, ਵਿੱਚ ਇਹ ਵੀ ਕੰਮ ਕਰਨਾ, ਇਹ ਮਿਸ਼ਨ ਦੇ ਕੰਮ। ਤੇ ਮੈਂ ਆਪਣੇ ਲੋਕਾਂ ਨੂੰ ਦੱਸਿਆ ਕਿ ਜਿਹੜੀ ਚੀਜ਼ ਦੇ ਤੁਸੀਂ ਖਿਲਾਫ਼ ਖੜੇ ਆ ਉਹ ਤਾਂ ਤੁਹਾਡੀ ਗੱਲ ਹੈ। ਤੇ ਜਿਉਂ ਹੀ ਉਹਨਾਂ ਨੂੰ ਸਮਝਾਇਆ ਤਾਂ ਜਿਹਨਾਂ ਲੋਕਾਂ ਨੇ ਕਦੇ ਬੁੱਧ ਨੂੰ ਪਸੰਦ ਨਹੀਂ ਸੀ ਕੀਤਾ, ਜਾਣੀ ਜਿਹੜੇ ਤਸਵੀਰ ਵੇਖਣ ਨੂੰ ਰਾਜੀ ਨਹੀਂ ਸੀ, ਉਹ ਲੋਕ ਅੱਜ ਗੱਜ ਵੱਜ ਕੇ ਪਹਿਲਾਂ ਫਤਿਹ ਬੁਲਾਉਂਦੇ ਆ, ਫਿਰ ਜੈ ਭੀਮ ਕਹਿੰਦੇ ਆ, ਫਿਰ ਨਮੋ ਬੁੱਧਾ ਕਹਿੰਦੇ। ਔਰ ਉਹ ਸਾਰੀਆਂ ਜਾਤੀਆਂ ਦੇ ਲੋਕ, ਇੱਕ ਖਾਸ ਗੱਲ ਇਹ ਵੀ ਦੇਖੀ, ਚਾਹੇ ਉਹ ਜੱਟ ਹੈ, ਚਾਹੇ ਉਹ ਤਖਾਣ ਹੈ, ਚਾਹੇ ਛਿੰਬੇ ਚ, ਜੋ ਵੀ ਹੈ, ਜੋ ਵੀ ਮਿਸ਼ਨ ਨੂੰ ਸਮਝਦਾ ਆਉਂਦਾ ਉਹ ਨਵੋਂ ਬੁੱਧਾ ਤੱਕ ਆਗਾ। ਉਹਨਾਂ ਨੂੰ ਗੱਲ ਸਮਝਾਈ ਔਰ ਮੇਰੀ ਗੱਲ ਉਹਨਾਂ ਨੂੰ ਸਮਝ ਪਈ, ਤਦ ਹੀ ਉਹ ਨਵੋਂ ਬੁੱਧਾ ਤੱਕ। ਹੁਣ ਸਵਾਲ ਅਗਲਾ ਖੜਾ ਹੋ ਗਿਆ ਕਿ ਜਦੋਂ ਹੀ ਮੈਂ ਬੁੱਧ ਧਰਮ ਚ ਆਇਆ
ਤਾਂ ਪਹਿਲਾਂ ਮੇਰੇ ਖਿਲਾਫ ਇੱਕ ਬਹੁਤ ਵੱਡੀ ਪੱਧਰ ਤੇ ਲਗਭਗ 25-27 ਸਾਲ ਮਜ਼ਬੀ ਚਮਾਰ ਮੂਵਮੈਂਟ ਖੜੀ ਹੋਈ। ਜਦੋਂ ਕਿ ਮੈਂ ਸਮਾਜ ਪਰਿਵਰਤਨ ਦੀ ਲਹਿਰ ਆ ਜਿਹੜੀ ਉਹਦੇ ਤੇ ਬਹੁਤ ਕੰਮ ਕਰ ਰਿਹਾ ਸੀ ਕਾਂਸ਼ੀ ਰਾਮ ਜੀ ਤੋਂ ਬਾਅਦ। ਅਗਰ ਕੋਈ ਪੂਰੇ ਭਾਰਤ ਚ ਸਭ ਤੋਂ ਜ਼ਿਆਦਾ ਕੰਮ ਕਰ ਰਿਹਾ ਸੀ ਕਾਂਸ਼ੀ ਰਾਮ ਜੀ ਦੇ ਨਾਲ ਤਾਂ ਉਹ ਆਦਮੀ ਸੀ। ਤਾਂ ਮੇਰੇ ਖਿਲਾਫ ਮਜ਼ਬੀ ਚਮਾਰ ਮੂਵਮੈਂਟ ਨੇ ਬਹੁਤ ਵੱਡੀ ਭੂਮਿਕਾ ਨਿਭਾਈ। ਫਿਰ ਬਹੁਤ ਸਾਰੇ ਵਾਲਮੀਕ ਭਰਾ ਮੇਰੇ ਜਿਹੜੇ ਮੇਰੇ ਬਰਾਬਰ ਜੰਮੇ ਵਿਹੜਿਆਂ ਬਸਤੀਆਂ ਚ ਜੰਮੇ ਹੋਏ ਲੋਕ ਆ ਜਿਹੜੇ ਅਸ਼ੂਤ ਲੋਕ ਆ ਉਹਨਾਂ ਨੇ ਵੀ ਮੇਰੀ ਬਹੁਤ ਮੁਖਾਲਫਤ ਕੀਤੀ। ਔਰ ਮੈਨੂੰ ਇਸ ਤਰ੍ਹਾਂ ਕਦੇ ਕਦੇ ਲੱਗਦਾ ਹੈ ਕਿ ਕੁਛ ਬੰਦਿਆਂ ਕਰਕੇ ਮੇਰੇ ਤੇ ਮੁਕੱਦਮੇ ਵੀ ਦਰਜ ਹੋਏ ਜੋ ਪੁਲਿਸ ਨੇ ਜੱਜ ਜਿਹੜੇ ਜੱਜ ਸੀ ਜਦੋਂ ਉਹਨਾਂ ਕੋਲ ਫਾਈਲਾਂ ਗਈਆਂ ਤਾਂ ਉਹਨਾਂ ਨੇ ਉਹਨੂੰ ਅੱਗੇ ਨਹੀਂ ਤੋਰਿਆ। ਉਹਨਾਂ ਨੂੰ ਲੱਗਿਆ ਕਿ ਮੁਕੱਦਮੇ ਸਹੀ ਨਹੀਂ ਹੈ ਤਾਂ ਉਹਨਾਂ ਨੇ ਖਾਰਜ ਕਰ ਦਿੱਤਾ। ਯਾਨੀ ਚੱਲਣ ਤੋਂ ਪਹਿਲੀ ਕਾਰਵਾਈ ਜਿਹੜੀ ਹੈ ਇਨਕੁਆਇਰੀ ਦੀ ਉਹਦੇ ਚ ਹੀ ਖਾਰਜ ਹੋ ਗਿਆ। ਉਦੋਂ ਬਾਅਦ ਕੀ ਹੋਇਆ ਕਿ ਲਗਭਗ 15 ਸਾਲ ਬਹੁਤੀ ਲੋਕ ਹੈ ਜਿਹੜੇ ਦੁਆਬੇ ਦੇ ਉਹਨਾਂ ਨੇ ਆਪਣਾ ਪੂਰਾ ਜਿਵੇਂ ਕੋਈ ਪਲੈਨ ਕਰਕੇ ਚੀਜ਼ ਚੱਲਦੀ ਹੈ ਉਹਨਾਂ ਨੇ ਮੇਰੇ ਖਿਲਾਫ਼ ਪ੍ਰਚਾਰ ਕੀਤਾ। ਤੁਸੀਂ ਦੇਖੋ ਮੇਰੀ ਸਥਿਤੀ ਕੀ ਹੈ ਜਾਣੀ ਮੈਂ ਕਿਸ ਤਰ੍ਹਾਂ ਦੀ ਸਥਿਤੀ ਚੋਂ ਨਿਕਲਦਾ ਔਰ ਕਿੱਥੇ ਫਸਦਾ ਰਹਿੰਦਾ। ਬੋਧੀ ਮੇਰੇ ਖਿਲਾਫ 15 ਸਾਲ ਪ੍ਰਚਾਰ ਕਰਦੇ ਰਹੇ ਔਰ ਵੱਡੇ ਵੱਡੇ ਬੋਧੀ ਜਿਹਨਾਂ ਨੂੰ ਸਾਰਾ ਪੰਜਾਬ ਜਾਣਦਾ ਉਹ ਲੋਕ ਮੇਰੇ ਖਿਲਾਫ ਪ੍ਰਚਾਰ ਕਰਦੇ ਰਹੇ। ਇੱਥੋਂ ਤੱਕ ਕਿ ਇੰਗਲੈਂਡ 'ਚ ਬੈਠੇ ਬਹੁਤ ਸਾਰੇ ਲੋਕ ਜਿਹੜੇ ਬੋਧੀ ਉਹਨਾਂ 'ਚੋਂ ਵੀ ਬਹੁਤ ਸਾਰੇ ਲੋਕ ਮੇਰੇ ਖਿਲਾਫ ਪ੍ਰਚਾਰ ਕਰਦੇ ਰਹੇ ਔਰ ਉਹ ਮੈਨੂੰ ਸਿੱਖ ਕਹਿੰਦੇ ਰਹੇ। ਸਿੱਖ ਮੈਨੂੰ ਬੋਧੀ ਕਹਿੰਦੇ ਰਹੇ ਤੇ ਬੋਧੀ ਮੈਨੂੰ ਸਿੱਖ ਕਹਿੰਦੇ ਰਹੇ। ਮਜ਼ਬੀ ਤੇ ਵਾਲਮੀਕਿ ਮੈਨੂੰ ਚਮਾਰ ਕਹਿੰਦੇ ਰਹੇ। ਇਹ ਇੰਨੀ ਤੇਜ਼ੀ ਨਾਲ ਤੂਫਾਨ ਉੱਠੇ ਇਹਨਾਂ ਨੇ ਮਲੀਆ ਭੇਟ ਕਰਤਾ ਸਮਾਜਿਕ ਪਰਿਵਰਤਨ ਦੀ ਲਹਿਰ ਦਾ ਇਹ ਸਾਰੇ ਸ਼ਾਮਲ ਹੈ। ਇਹ ਲੋਕ ਸਾਰੇ ਸ਼ਾਮਲ ਔਰ ਜਦ ਮੈਂ ਬੋਲ ਰਿਹਾ ਤਾਂ ਮੈਨੂੰ ਪਤਾ ਹੈ ਕਿ ਮੈਂ ਕਿੰਨੇ ਲੋਕਾਂ ਨੂੰ ਲੱਖਾਂ ਲੋਕਾਂ ਨੂੰ ਸੰਬੋਧਨ ਹੋ ਰਿਹਾ। ਉਹਨਾਂ ਦੀਆਂ ਸ਼ਕਲਾਂ ਉਹਨਾਂ ਦੀ ਗੱਲਬਾਤ ਵੀ ਮੈਨੂੰ ਚੇਤੇ ਹੈ। ਹੁਣ ਜਦੋਂ ਮੈਂ ਬੋਧੀ ਹੋ ਗਿਆ ਜਾਣੀ ਮੈਂ ਬੁੱਧ ਧਰਮ 'ਚ ਚਲਾ ਗਿਆ ਤੇ ਮੈਂ ਸਿੱਖਾਂ ਦੇ ਬਹੁਤ ਸਾਰੇ ਸਿਆਣੇ ਲੋਕਾਂ ਨੂੰ ਇਹ ਸਮਝਾਉਣ 'ਚ ਕਾਮਯਾਬ ਹੋ ਗਿਆ ਕਿ ਬੁੱਧ ਧਰਮ ਸਾਡਾ ਮੂਲ ਧਰਮ ਹੈ। ਜਾਣੀ ਬੁੱਧ ਧਰਮ ਮੇਰੇ ਪੁਰਖਿਆਂ ਦਾ ਧਰਮ ਹੈ ਔਰ ਉਦੋਂ ਬਾਅਦ ਮੁਸਲਮਾਨਾਂ ਨੇ ਕਹਿਣਾ ਸ਼ੁਰੂ ਕੀਤਾ ਹੈ ਪੂਰੇ ਦੇਸ਼ 'ਚ ਕਿ ਅਸੀਂ ਮੂਲ ਵਾਸੀ ਹਾਂ ਅਸੀਂ ਪਹਿਲਾਂ ਬੋਧੀ ਸੀ। ਇਹ ਵੀ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਕਿਉਂਕਿ ਅਸੀਂ ਬਹੁਤ ਲੰਬੇ ਸਮੇਂ ਤੋਂ ਇਸ ਗੱਲ ਤੇ ਜ਼ੋਰ ਦੇ ਰਹੇ ਸੀ। ਪਰ ਹੁੰਦਾ ਕੀ ਹੁਣ ਇਸ ਸਥਿਤੀ 'ਚ ਮੈਂ ਕਿ ਬਹੁਤ ਸਾਰੇ ਰਵਿਦਾਸੀਏ ਜਿਨ੍ਹਾਂ ਦੇ ਵਿੱਚ ਮੈਂ 20-25 ਸਾਲ ਲਗਾਤਾਰ ਕੰਮ ਕੀਤਾ ਔਰ ਡੇਰਾ ਬੱਲਾਂ ਦੇ ਵਿੱਚ ਮੈਂ 12-13 ਸਾਲ ਲਗਾਤਾਰ ਜੁੜਿਆ ਰਿਹਾ। ਅੱਜ ਰਵਿਦਾਸੀਆਂ ਦੀ ਸਥਿਤੀ ਇਹ ਹੋ ਗਈ ਹੈ
ਕਿ ਉਹ ਲੋਕਾਂ ਨੇ ਮੈਨੂੰ ਇਸ ਕਰਕੇ ਆਪਣੀਆਂ ਸਫਾਂ ਤੋਂ ਬਾਹਰ ਰੱਖਿਆ ਕਿ ਇਹ ਆਦਮੀ ਬੋਧੀ ਹੈ, ਇਹ ਬੋਧੀ ਹੋ ਗਿਆ। ਹੁਣ ਤੁਸੀਂ ਦੱਸੋ ਕਿ ਇਹ ਜੇ ਹਾਲਾਤ ਜਿਸ ਆਦਮੀ ਦੇ ਬਣੇ ਰਹੇ ਤੇ ਕੋਈ ਨਾ ਕੋਈ ਸਮਾਜ ਉਹਦੇ ਖਿਲਾਫ ਖੜਾ ਰਹੇ ਔਰ ਉਹ ਬਹੁਤ ਵੱਡੀ ਪੱਧਰ ਤੇ ਖੜਾ ਰਹੇ, ਤਾਕਤਵਰ ਬਣ ਕੇ ਖੜਾ ਰਹੇ, ਲੱਖਾਂ ਦੀ ਗਿਣਤੀ ਚ ਖੜਾ ਰਹੇ, ਤਾਂ ਉਹਦੇ ਵਾਸਤੇ ਕੰਮ ਕਰਨਾ ਕਿੰਨਾ ਔਖਾ ਹੁੰਦਾ। ਭਾਵੇਂ ਇਹ ਲਹਿਰਾਂ 25-30 ਸਾਲ ਤੋਂ ਵਿਰੋਧੀ ਲਹਿਰਾਂ, ਵਿਰੋਧੀ ਹਵਾਵਾਂ ਕੋ ਤੱਤੀਆਂ ਹਵਾਵਾਂ, ਭਾਵੇਂ ਤੱਤੀਆਂ ਹਵਾਵਾਂ 25-30 ਸਾਲ ਤੋਂ ਲਗਾਤਾਰ ਚੱਲ ਰਹੀਆਂ, ਇਹਦੇ ਬਾਵਜੂਦ ਵੀ ਅੱਜ ਵੀ ਮੇਰਾ ਇਹ ਦਾਅਵਾ ਹੈ ਕਿ ਮੇਰੇ ਲੋਕ ਹੈ ਜਿਹੜੇ ਉਹ ਅੱਜ ਵੀ ਮੈਨੂੰ ਛੱਡਣ ਨੂੰ ਤਿਆਰ ਤਿਆਰ। ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਨਮ ਦਿਨ ਆਉਂਦਾ 14 ਤਰੀਕ ਨੂੰ ਔਰ ਮੇਰੇ ਸੰਮੇਲਨ ਜਿਹੜੇ ਹੈ 1 ਤਰੀਕ ਤੋਂ ਸ਼ੁਰੂ ਹੋ ਜਾਂਦੇ, ਚਾਹੇ ਮੈਂ ਘਰੇ ਬੈਠ ਕੇ ਬੋਲਾਂ, ਚਾਹੇ ਮੈਂ ਪਬਲਿਕ ਚ ਬੋਲਾਂ, ਜਾਂ ਮੈਂ ਮੀਟਿੰਗਾਂ ਕਰਾਂ, ਜਾਂ ਕੇਡਰ ਕੈਂਪ ਲਵਾਂ ਆਪਣਾ ਬੁੱਧ ਵਿਹਾਰ ਦੇ ਵਿੱਚ, ਜਾਂ ਮੈਂ ਪਬਲਿਕ ਸੰਮੇਲਨ ਕਰਾਂ, 29 ਤਰੀਕ ਤੱਕ ਲਗਾਤਾਰ ਮੇਰੇ 1 ਤਰੀਕ ਤੋਂ ਬਾਅਦ ਸੰਮੇਲਨ ਚੱਲ ਰਿਹਾ ਹੈ ਔਰ ਉਹਨਾਂ ਸੰਮੇਲਨਾਂ ਚ ਸਾਰੇ ਲੋਕ ਸ਼ਾਮਲ ਹੈ, ਉੱਥੇ ਸਾਰੀਆਂ ਜਾਤੀਆਂ ਸ਼ਾਮਲ ਹੈ ਔਰ ਅਲੱਗ ਅਲੱਗ ਇਲਾਕਿਆਂ ਦੇ ਜਿਹੜੇ ਲੋਕ ਹੈ ਉਹ ਮੇਰੇ ਸੰਮੇਲਨ ਤਿਆਰ ਕਰਦੇ ਆ, ਉੱਥੇ ਪੈਸਾ ਲਾਉਂਦੇ ਔਰ ਮੈਨੂੰ 2 ਘੰਟੇ ਬੋਲਣ ਦਾ ਮੌਕਾ ਦਿੰਦੇ ਆ। ਤੇ ਬਹੁਤ ਸਾਰੇ ਦਰਜਣਾ ਲੋਕ ਐਸੇ ਹੈ ਜਿਨ੍ਹਾਂ ਨੂੰ ਮੈਂ ਜਵਾਬ ਦਿੱਤਾ ਕਿ ਮੈਂ ਨਹੀਂ ਆਉਣਾ, ਮੈਂ ਤੁਹਾਡਾ ਪ੍ਰੋਗਰਾਮ ਅਟੈਂਡ ਨਹੀਂ ਕਰਨਾ, ਕਿਉਂਕਿ ਉਹ ਲੋਕ ਆ ਜਿਹੜੇ ਉਹ ਸਾਲ ਬਾਅਦ ਇੱਕ ਡਰਾਮਾਬਾਜ਼ੀ ਕਰਦੇ ਆ ਕਿ ਸਾਲ ਬਾਅਦ ਜਾਗੇ, ਬਾਹਰ ਆਏ, ਪੈਸਾ ਇਕੱਠਾ ਕੀਤਾ, ਸੰਮੇਲਨ ਕੀਤਾ, ਉਹਦੇ ਚ ਚਾਹੇ ਨੇਤਾ ਬੁਲਾਇਆ, ਚਾਹੇ ਮੈਨੂੰ ਬੁਲਾਇਆ ਔਰ ਆਪਦੀ ਇੱਕ ਜਣੀ ਪੋਜੀਸ਼ਨ ਕਾਇਮ ਕੀਤੀ ਔਰ ਸਾਲ ਭਰ ਫਿਰ ਸੁੱਤੇ ਰਹਿੰਦੇ ਆ ਜਾਂ ਫਿਰ ਲੈਟਰ ਪੈਡ ਬਣਾ ਲੈਂਦੇ ਆ, ਉਹਦੇ ਤੇ ਪ੍ਰਧਾਨ ਸਕੱਤਰ ਬਣ ਜਾਂਦੇ ਆ। ਅਜਿਹੇ ਲੋਕਾਂ ਨੂੰ ਮੈਂ ਕਦੇ ਮੌਕਾ ਨਹੀਂ ਦਿੱਤਾ, ਚਾਹੇ ਉਹ ਕੋਈ ਵੀ। ਹੁਣ ਮੇਰੇ ਸਾਹਮਣੇ ਜਿਹੜੀ ਅੱਜ ਸਮੱਸਿਆ ਹੈ ਕਿ ਏਡੇ ਵੱਡੇ ਵਿਰੋਧ ਦੇ ਬਾਵਜੂਦ ਮੈਨੂੰ ਪਤਾ ਲੱਗਿਆ ਕਿ ਕੁਛ ਸਾਧੂ ਸੰਤ ਵੀ ਹੈ ਜਿਹੜੇ ਉਹਨਾਂ ਨੂੰ ਵੀ ਜਾਣੀ ਉਹਨਾਂ ਨੂੰ ਵੀ ਥੋੜੀ ਜੀ ਇਸ ਗੱਲ ਦੀ ਤਕਲੀਫ ਹੋਈ ਹੈ ਕਿ ਮੈਂ ਬੋਧੀ ਹੋ ਗਿਆ, ਪਹਿਲਾਂ ਉਹ ਸਿੱਖ ਕਰਕੇ ਮੈਨੂੰ ਚੰਗਾ ਨਹੀਂ ਸੀ ਸਮਝਦੇ ਕਿਉਂਕਿ ਮੈਂ ਮਤਲਬ ਉਹਨਾਂ ਦੇ ਮੁਤਾਬਕ ਨਹੀਂ ਸੀ ਚੱਲ ਰਿਹਾ, ਮੈਂ ਮਿਸ਼ਨਰੀ ਆਦਮੀ ਅੰਬੇਡਕਰੀ ਆਦਮੀ ਉਹਨਾਂ ਦੀ ਧਾਰਨਾ ਦੇ ਮੁਤਾਬਕ ਨਹੀਂ ਚੱਲਦਾ, ਉਹਨਾਂ ਨੂੰ ਸਿੱਖ ਹੋਣਾ ਵੀ ਪਸੰਦ ਨਹੀਂ ਸੀ ਮੇਰਾ ਬਹੁਤਾ, ਫਿਰ ਉਸ ਤੋਂ ਬਾਅਦ ਹੁਣ ਬੋਧੀ ਹੋਣਾ ਵੀ ਉਹਨਾਂ ਨੂੰ ਮੇਰਾ ਪਸੰਦ ਨਹੀਂ। ਉਹ ਇਸੇ ਤਰ੍ਹਾਂ ਦਾ ਸਾਰਾ ਕੁਝ ਇਹ ਸਿਲਸਿਲਾ ਚੱਲ ਰਿਹਾ। ਮੈਂ ਇਸ ਕਰਕੇ ਕਿਹਾ ਹੈ ਕਿ ਮੇਰੇ ਸਾਥੀ ਘੱਟੋ ਘੱਟ ਹਨੇਰੇ ਚ ਨਾ ਰਹਿਣ
ਸਿਆਣੇ ਆਦਮੀ ਵੀ ਹਨੇਰੇ ਚ ਨਾ ਰਹਿਣ। ਜਦੋਂ ਮਨੁੱਖ ਨੇ ਕਿਤੇ ਅੱਗੇ ਜਾਣਾ ਹੁੰਦਾ ਹੈ, ਵਧਣਾ ਹੁੰਦਾ ਹੈ, ਤਾਂ ਉਹਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਦੇ ਬਾਵਜੂਦ ਵੀ ਮੈਂ ਹਮੇਸ਼ਾ ਇਸ ਗੱਲ ਤੇ ਅਡਿੱਗ ਲੱਗਿਆ ਰਹਿੰਦਾ ਕਿ ਮੇਰੇ ਸਮਾਜ ਨੂੰ ਇੱਕ ਹੋ ਜਾਣਾ ਚਾਹੀਦਾ ਹੈ, ਜਾਤਾਂ ਚੋਂ ਨਿਕਲ ਜਾਣਾ ਚਾਹੀਦਾ ਹੈ। ਇਹ ਜਾਤਾਂ ਨਰਕ ਹੈ, ਇਹ ਜਾਤਾਂ ਚਿੱਕੜ ਹੈ, ਇਹ ਕਚਰੇ ਦਾ ਢੇਰ ਹੈ, ਇਹ ਬਦਬੂ ਹੈ, ਇੱਕ ਇੱਕ ਜ਼ਹਿਰ ਹੈ, ਇੱਕ ਸੜਿਆਂਦ ਹੈ। ਇਹ ਤੋਂ ਮੁਕਤ ਹੋਣਾ ਹੀ ਗਤੀ ਹੋਣੀ ਹੈ। ਮੇਰੀਆਂ ਲਿਖਤਾਂ, ਮੇਰੇ ਬੋਲ, ਮੇਰੇ ਭਾਸ਼ਣ ਜਾਂ ਮੇਰੇ ਮੋਬਾਈਲ ਰਾਹੀਂ ਗੱਲਬਾਤ ਇਸੇ ਤੇ ਕੇਂਦਰਿਤ ਰਹਿੰਦੀ ਹੈ ਕਿ ਚਿੱਕੜ ਚੋਂ ਬਾਹਰ ਆ ਜਾ। ਇਹ ਚਿੱਕੜ ਤੁਹਾਡਾ ਸਵਾਰੇਗਾ, ਇਹ ਤੁਹਾਡਾ ਬਹੁਤ ਵਿਗਾੜੇਗਾ। ਇਹਨੇ ਹਜ਼ਾਰਾਂ ਸਾਲ ਤੁਹਾਨੂੰ ਗੁਲਾਮ ਬਣਾ ਕੇ ਰੱਖਿਆ। ਹੁਣ ਜਦੋਂ ਭਾਰਤ ਦੇ ਸੰਵਿਧਾਨ ਦਾ ਯੁੱਗ ਹੈ, ਲੋਕਤੰਤਰ ਹੈ, ਤੁਹਾਨੂੰ ਪੜ੍ਹਨ ਦਾ ਮੌਕਾ ਮਿਲਿਆ, ਤਾਂ ਹੁਣ ਤੁਹਾਨੂੰ ਇਹਦੇ ਚੋਂ ਨਿਕਲ ਜਾਣਾ ਚਾਹੀਦਾ ਹੈ। ਤਾਂ ਮੈਂ ਵੀ ਤੁਹਾਡੇ ਨਾਲ ਅਸਲ ਵਿੱਚ ਇਹ ਗੱਲ ਕਰਨੀ ਚਾਹੁੰਦਾ ਸੀ ਵੀ ਦੱਸੋ ਮੈਂ ਹੁਣ ਕੀ ਬਣਾਂ, ਕੀ ਮੈਂ ਬੋਧੀ ਰਹਾਂ, ਕੀ ਮੈਂ ਸਿੱਖ ਬਣ ਜਾਂ, ਕੀ ਮੈਂ ਰਵਦਾਸੀਆ ਹੋ ਜਾਂ, ਕੀ ਮੈਂ ਮਜ਼੍ਹਬੀ ਬਾਲਵੀ ਹੋ ਜਾਂ, ਕੀ ਮੈਂ ਮੁਸਲਮਾਨ ਹੋ ਜਾਂ ਜਾਂ ਈਸਾਈ ਹੋ ਜਾਂ, ਦੱਸੋ ਮੈਨੂੰ ਕੀ ਬਣਾਂ। ਮੈਂ ਉਹੀ ਕੁਛ ਬਣ ਜਾਣਾ ਜਿੱਥੇ ਮੇਰੇ ਲੋਕਾਂ ਨੂੰ ਮੁਕਤੀ ਮਿਲਦੀ ਹੈ। ਦੱਸੋ ਮੈਨੂੰ ਕਿੱਥੇ ਮੁਕਤੀ ਤੁਹਾਡੇ ਕੋਲ? ਜੇ ਕੋਈ ਮੁਸਲਮਾਨ ਕਹੇ ਮੈਨੂੰ ਵੀ ਸਾਡੇ ਕੋਲ ਮੁਕਤੀ ਹੈ, 20 ਕਰੋੜ ਮੁਸਲਮਾਨ ਹੈ, ਸਭ ਤੋਂ ਜ਼ਿਆਦਾ ਕੁੱਟ ਉਹਨਾਂ ਨੂੰ ਪੈਂਦੀ ਹੈ, ਤੇ ਜੇ ਸਿੱਖ ਹੈ ਇਹ ਕਹਿਣ ਮੁਕਤੀ ਸਾਡੇ ਕੋਲ ਹੈ, ਤੇ ਜੇ ਇਹਨਾਂ ਕੋਲ ਮੁਕਤੀ ਹੋਵੇ ਤਾਂ ਇਹ ਲੋਕ ਹੈ ਜਿਹੜੇ ਇੱਕ ਸ਼ਾਨਦਾਰ ਸਮਾਜ ਦੀ ਸਿਰਜਣਾ ਕਿਉਂ ਨਹੀਂ ਕੀਤੀ? ਇਹਨਾਂ ਨੇ ਇਹਨਾਂ ਦੀ ਸ਼ਾਨਦਾਰ ਸਮਾਜ ਦੀ ਸਿਰਜਣਾ ਕਿਉਂ ਨਹੀਂ? ਇਹ ਨੇਸ਼ਨ ਕਿਉਂ ਨਾ ਬਣ ਗਏ? ਇਹ ਕਹਿੰਦੇ ਸਾਡੀ ਕੌਮ ਹੈ, ਜਿਹਨਾਂ ਦੀ ਜਾਤ ਹੁੰਦੀ ਉਹਨਾਂ ਦੀ ਕੋਈ ਕੌਮ ਨਹੀਂ ਹੁੰਦੀ, ਜਿਹਨਾਂ ਦੀ ਨਸਲ ਹੁੰਦੀ ਉਹਨਾਂ ਦੀ ਕੋਈ ਕੌਮ ਨਹੀਂ ਹੁੰਦੀ। ਹੁਣ ਦੱਸੋ ਮੈਨੂੰ ਮੈਂ ਕੀ ਕਰਾਂ? ਜੇ ਮੈਂ ਰਵਦਾਸੀਆ, ਮੰਨ ਲਓ ਮੈਂ ਆਪਣੇ ਦੂਜੇ ਲੋਕਾਂ ਦੇ ਕਹਿਣ ਮੁਤਾਬਕ ਰਵਦਾਸੀਆ ਹੋ ਜਾਂ ਤੇ ਰਵਦਾਸੀਆ ਧਰਮ ਚਲਾ ਜਾਵਾਂ, ਤਾਂ ਕੀ ਭਾਰਤ ਸਾਰਾ ਰਵਦਾਸੀਆ ਧਰਮ ਰਵਦਾਸੀਆਂ ਦਾ? ਕੀ ਇਕੱਲੇ ਰਵਦਾਸੀਆ ਚਮਾਰ ਆ ਜਿਹੜੇ, ਇਹ ਭਾਰਤ ਪੂਰੇ ਦਾ ਪੂਰਾ ਉਹਨਾਂ ਨਾਲ ਭਰਿਆ ਹੋਇਆ, ਜਾਂ ਇੱਥੇ 1700 ਜਾਤੀਆਂ ਹੋਰ ਵੀ, ਜਾਂ ਫਿਰ ਮੈਂ ਮਜ਼ਬੀ ਹੋ ਜਾਂ ਜਾਂ ਵਾਲਮੀਕੀ ਹੋ ਜਾਂ, ਦੱਸੋ ਮੈਨੂੰ ਕੀ ਹੋ ਜਾ? ਜੇ ਮੈਂ ਅੰਬੇਡਕਰ ਹੀ ਆ, ਜੇ ਮੈਂ ਗੁਰੂ ਨਾਨਕ ਨੂੰ, ਗੁਰੂ ਅਰਜਨ ਨੂੰ, ਗੁਰੂ ਗੋਬਿੰਦ ਸਿੰਘ ਨੂੰ ਮੰਨਦਾ ਹੈ, ਜੇ ਮੈਂ ਸਤਿਗੁਰੂ ਰਾਮਦੇਵ ਕਬੀਰ ਰਵਿਦਾਸ ਨੂੰ ਮੰਨਦਾ ਹੈ, ਜੇ ਮੈਂ ਭਗਵਾਨ ਬੁੱਧ ਨੂੰ ਮੰਨਦਾ, ਜੋਤੀਰਾਓ ਫੂਲੇ, ਸ਼ਾਹੂ ਮਹਾਰਾਜ, ਬਾਬਾ ਸਾਹਿਬ ਅੰਬੇਡਕਰ, ਪੈਰੀਆ ਰਾਮਾ ਸਵਾਮੀ ਨਾਇਕ ਨੂੰ ਮੰਨਦਾ, ਜੇ ਮੈਂ ਆਪਣੇ ਸਾਰੇ ਪੁਰਖਿਆਂ ਨੂੰ ਮੰਨਦਾ, ਔਰ ਦੁਨੀਆਂ ਭਰ ਦੇ ਜਿੰਨੇ ਸਿਆਣੇ ਲੋਕ ਆ ਜਿਹਨਾਂ ਨੇ ਸਮਾਜ ਬਦਲਿਆ, ਜਿਹਨਾਂ ਨੇ ਸਮਾਜ ਨੂੰ ਦੁੱਖਾਂ ਚੋਂ ਕੱਢਿਆ, ਜੇ ਮੈਂ ਉਹਨਾਂ ਨੂੰ ਮੰਨਦਾ ਤੇ ਇਹਦੇ ਚ ਗੁਨਾਹ ਕੀ? ਇਹਦੇ ਚ ਪਾਪ? ਮੈਨੂੰ ਤਾਂ ਇਹੀ ਸੋਚਣਾ ਪੈਂਦਾ ਕਿ ਜਿਹੜੀ ਗੱਲ ਚ ਪਾਪ ਨਹੀਂ ਹੈ ਮੈਂ ਉੱਥੇ ਕਿਉਂ ਨਾ ਖੜਾ, ਜਿਹੜੀ ਗੱਲ ਅਸਲੀ ਆ ਉਹਦੇ ਉੱਤੇ ਮੈਂ ਕਿਉਂ ਨਾ ਖੜਾ? ਤਾਂ ਮੇਰੇ ਵਾਸਤੇ ਕੋਈ ਸਿੱਖ ਹੈ ਉਹ ਵੀ ਮੇਰਾ,
ਮੇਰੇ ਵਾਸਤੇ ਮੁਸਲਮਾਨ ਵੀ ਮੇਰਾ ਬਰਾਬਰ ਜਰਾ ਅੰਤਰ। ਮੈਂ ਤਾਂ ਹਿੰਦੂਆਂ ਨੂੰ ਵੀ ਆਪਣੇ ਦੁਸ਼ਮਣ ਨਹੀਂ ਮੰਨਦਾ ਕਦੇ ਕਦੇ। ਮੈਂ ਤਾਂ ਇਹ ਵੀ ਚਾਹੁੰਦਾ ਕਿ ਬ੍ਰਾਹਮਣ ਆਪਣੀ ਜਾਤ ਪਾਤ ਦਾ ਕੂੜਾ ਜਿਹੜਾ ਉਹ ਚੱਕ ਕੇ ਸਮੁੰਦਰ ਸਿੱਟੇ ਤਾਂ ਸਾਡੀ ਉਹਦੇ ਨਾਲ ਕਾਹਦੀ ਦੁਸ਼ਮਣੀ। ਉਹ ਆਪਦਾ ਹੰਕਾਰ ਆ ਜਿਹੜਾ ਇਹ ਇਸ ਹੰਕਾਰ ਨੂੰ ਉਹ ਮਿੱਟੀ ਚ ਦੱਬਦਾ ਹੈ, ਉਹਨੂੰ ਅੱਗ ਲਾ ਦੇਵੇ, ਉਹਦੀ ਸਿਵੇ ਜਲਾ ਦੇ, ਤਾਂ ਸਾਨੂੰ ਉਹਦੀ ਕਦੀ ਤਕਲੀਫ ਹੈ? ਉਹ ਸਾਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦਾ ਹੈ, ਤਕਲੀਫ ਤਾਂ ਇਹ ਹੈ। ਉਹ ਆਦਮੀ ਖਾਮ ਖਾ ਸਾਡੇ ਤੋਂ ਉੱਚਾ ਹੋ ਕੇ ਸਾਡੇ ਸਿਰ ਦੇ ਉੱਤੇ ਬੈਠਾ ਹੈ, ਸਾਡੀ ਤਕਲੀਫ ਤਾਂ ਇਹ ਹੈ। ਔਰ ਉਹ ਸਾਡੇ ਬਰਾਬਰ ਆ ਕੇ ਖੜਾ ਹੋ ਜਾਏ ਤਾਂ ਸਾਨੂੰ ਕੀ ਤਕਲੀਫ ਆਉਂਦੀ? ਕੋਈ ਗਿਰਜੇ ਚ ਖੜਾ ਈਸਾਈ ਹੈ, ਅਗਰ ਉਹ ਸਾਡੇ ਭਰਾਵਾਂ ਵਰਗਾ ਔਰ ਸਾਨੂੰ ਭਰਾ ਮੰਨਦਾ ਜਾਂ ਮੈਂ ਉਹਨੂੰ ਕਹਿਣਾ ਕਿ ਸਾਡੇ ਭਰਾ ਹੈ, ਕੱਲ ਇਹ ਅਸ਼ੂਦ ਸੀ ਅੱਜ ਇਹ ਈਸਾਈ ਹੋ ਗਏ, ਇਹ ਸਾਰੇ ਸਾਡੇ ਲੋਕ ਹੀ ਤਾਂ ਹੈ। ਇਹ ਕੌਣ ਮਜ਼੍ਹਬੀ, ਕੌਣ ਚਬਾਰ, ਕੌਣ ਬਾਲਵਿਕੀ, ਕੌਣ ਜਲਾ, ਇਹ ਸਾਰੀ ਬਕਵਾਸ ਹੈ। ਇਹ ਬ੍ਰਾਹਮਣ ਦੇਵ ਬਣਾਏ ਹੋਏ ਬਕਵਾਸ ਆ ਜਿਹੜੀ, ਇਹ ਗੰਦ ਦਾ ਟੋਕਰਾ ਇਹ ਅਸੀਂ ਚੱਕ ਕੇ ਤੁਰੇ ਫਿਰਦੇ ਹਾਂ, ਤਾਂ ਮੈਂ ਤਾਂ ਸਿੱਟਿਆ ਹੋਇਆ, ਮੈਂ ਤਾਂ ਇਹ ਗੰਦ ਦਾ ਟੋਕਰਾ ਨਹੀਂ ਚੱਕਿਆ, ਕਿਉਂਕਿ ਮੈਨੂੰ ਇਹਦੀ ਬਦਬੂ ਤੋਂ ਬਹੁਤ ਤਕਲੀਫ ਹੁੰਦੀ ਹੈ। ਇਹ ਸੜਿਆਂ ਦਾ, ਇਹ ਨਰਕ, ਇਹ ਕਚਰੇ ਦਾ ਢੇਰ, ਮੈਨੂੰ ਤਾਂ ਬਹੁਤ ਤਕਲੀਫ ਹੈ। ਮੈਂ ਤਾਂ ਆਦਮੀ ਮੰਨਦਾ ਸਾਰਿਆਂ, ਦੁਨੀਆਂ ਦਾ ਹਰ ਆਦਮੀ, ਹਰ ਔਰਤ ਮੇਰੇ ਵਾਸਤੇ ਆਦਮੀ, ਔਰਤਾਂ ਮੇਰੇ ਬਰਾਬਰ, ਮੇਰੇ ਵਾਸਤੇ ਕੋਈ ਦੁਸ਼ਮਣ ਨਹੀਂ। ਜਾਣੀ ਬਤੌਰ ਆਦਮੀ ਉਹ ਸਾਰੇ ਮੇਰੇ ਅਰਗੇ, ਤਾਂ ਮੈਂ ਕਿਸੇ ਦੀਵਾਰ ਦੇ ਵਿੱਚ ਬੰਦ ਹੋ ਕੇ ਜਾਣਾ ਕਦੇ ਨਹੀਂ ਚਾਹਿਆ। ਮੈਂ ਆਪਣੇ ਆਲੇ ਇਰਦ ਗਿਰਦ ਦੀਵਾਰਾਂ ਨਹੀਂ ਖੜੀਆਂ ਕੀਤੀਆਂ ਕਦੇ। ਮੈਂ ਅੱਜ ਬੋਧੀ ਵੀ ਹਾਂ, ਤਾਂ ਮੈਂ ਆਪਣੇ ਇਰਦ ਗਿਰਦ ਦੀਵਾਰਾਂ ਨਹੀਂ ਖੜੀਆਂ ਕੀਤੀਆਂ, ਮੁਕੰਮਲ ਤੌਰ ਤੇ ਆਜ਼ਾਦ ਹਾਂ ਮੈਂ, ਮੁਕਤ ਆਦਮੀ। ਭਗਵਾਨ ਬੁੱਧ ਦੇ ਕਹਿਣ ਅਨੁਸਾਰ ਮੈਂ ਮੁਕਤ ਆਦਮੀ, ਕਬੀਰ ਸਾਹਿਬ ਦੇ ਕਹਿਣ ਅਨੁਸਾਰ ਮੁਕਤ ਆਦਮੀ, ਗੁਰੂ ਨਾਨਕ ਦੇ ਕਹਿਣ ਅਨੁਸਾਰ ਪੂਰੀ ਤਰ੍ਹਾਂ ਮੁਕਤ ਆਦਮੀ। ਮੈਨੂੰ ਮੁਸਲਮਾਨ ਵੀ ਕਦੇ ਕਦੇ ਵੀ ਲੱਗੇ ਨੀ ਵੀ ਇਹ ਮੇਰੇ ਬਰਾਬਰ ਦੇ ਨਹੀਂ ਹੈ, ਕਦੇ ਨੀ ਸੋਚਿਆ। ਸਭ ਮੇਰੇ ਭਰਾਵਾਂ ਵਰਗੇ ਆ ਔਰ ਸਭ ਲੋਕ ਮੇਰੇ ਰਿਸ਼ਤੇਦਾਰ ਬਣਦੇ। ਹੁਣ ਅੰਤ ਚ ਮੈਂ ਕਹਿਣਾ ਚਾਹੂੰਗਾ ਕਿ ਜਿਹੜਾ ਵਿਰੋਧ ਉੱਠਦਾ ਰਹਿੰਦਾ, ਦਰਅਸਲ ਅਸੀਂ ਵੰਡੇ ਹੋਏ, ਟੁੱਟੇ ਹੋਏ, ਲਤਾੜੇ ਹੋਏ, ਨਰਕ ਭੋਗਦੇ ਹੋਏ ਲੋਕ ਹਾਂ, ਤੇ ਜਿਹੜਾ ਸਾਡੀ ਦੀਵਾਰ ਨੂੰ ਢਾਉਣ ਦੀ ਕੋਸ਼ਿਸ਼ ਕਰਦਾ ਹੈ ਅਸੀਂ ਉਹਦੇ ਖਿਲਾਫ ਖੜੇ ਹੋ ਜਾਂਦੇ। ਚਮਾਰਾਂ ਨੂੰ ਡਰ ਆਪਣੀ ਦੀਵਾਰ ਢਹਿਣ ਦਾ, ਮਜ਼੍ਹਬੀਆਂ ਨੂੰ ਡਰ ਆਪਣੀ ਦੀਵਾਰ ਢਹਿਣ ਦਾ, ਜਲਾਹਿਆਂ ਨੂੰ ਡਰ ਆਪਣੀ ਦੀਵਾਰ ਢਹਿਣ ਦਾ, ਤਖਾਣਾ ਨੂੰ ਡਰ ਆਪਣੀ ਦੀਵਾਰ ਢਹਿਣ ਦਾ, ਜੱਟਾਂ ਨੂੰ ਡਰ ਆਪਣੀ ਦੀਵਾਰ ਢਹਿਣ ਦਾ, ਬਾਹਮਣ ਨੂੰ ਡਰ ਆਪਣੀ ਦੀਵਾਰ ਢਹਿਣ ਦਾ, ਸੈਣੀਆਂ ਨੂੰ ਡਰ ਆਪਦੀ ਦੀਵਾਰ ਢਹਿਣ ਦਾ, ਮੁਸਲਮਾਨਾਂ ਨੂੰ ਡਰ ਆਪਣੀ ਦੀਵਾਰ ਢਹਿਣ ਦਾ। ਹਰ ਆਦਮੀ ਆਪਣੀ ਦੀਵਾਰ ਦੇ ਡਿੱਗਣ ਤੋਂ ਡਰਦਾ ਹੈ, ਤੇ ਜਿਸ ਦਿਨ ਇਹ ਦੀਵਾਰਾਂ ਡਿੱਗ ਗਈਆਂ, ਬੰਦੇ ਨੇ ਡਿੱਗ ਲੀਆਂ, ਇਹ ਧਰਤੀ ਸੁਰਗ ਹੋ ਜਾਏ, ਇਹ ਧਰਤੀ ਸੋਨਾ ਹੋ ਜਾਏ,
ਅਸੀਂ ਧਰਤੀ ਦਾ ਆਦਮੀ, ਹਰ ਆਦਮੀ ਖੁਸ਼ ਹੋ ਜਾਏਗਾ ਇਸ ਦੇਸ਼ ਦੀ, ਇਸ ਧਰਤੀ ਦੀ, ਹਰ ਔਰਤ ਖੁਸ਼ ਹੋ ਜਾਏਗੀ, ਸੁੱਖ ਆਨੰਦ ਇਹ ਜ਼ਿੰਦਗੀ ਦੇ ਜਿਹੜੇ ਸਾਡੀਆਂ ਮੁਸ਼ਕਲਾਂ ਪੈਦਾ ਕੀਤੀਆਂ ਨਾ, ਮੁਸੀਬਤਾਂ ਸਭ ਸਾਡੀਆਂ ਪੈਦਾ ਕੀਤੀਆਂ। ਮੈਂ ਭਗਵਾਨ ਬੁੱਧ ਦੀ ਗੱਲ ਦਿਖਾ ਦਿਆਂ ਤਾਂ ਸ਼ਾਇਦ ਤੁਹਾਨੂੰ ਚੰਗੀ ਲੱਗੇ। ਉਹ ਇੱਕ ਗੱਲ ਕਹਿੰਦੇ ਕਿ ਦੁੱਖ ਤੁਸੀਂ ਪੈਦਾ ਕੀਤੇ ਤੇ ਸੁੱਖ ਵੀ ਤੁਸੀਂ ਪੈਦਾ ਕੀਤਾ, ਕਿਉਂਕਿ ਦੁੱਖ ਤੁਸੀਂ ਪੈਦਾ ਕੀਤੇ ਇਸ ਕਰਕੇ ਸੁੱਖ ਵੀ ਤੁਸੀਂ ਪੈਦਾ ਕੀਤੇ। ਤੇ ਜਿਹੜਾ ਬੰਦਾ ਦੁੱਖ ਪੈਦਾ ਕਰ ਸਕਦਾ ਹੈ ਉਹ ਸੁੱਖ ਵੀ ਪੈਦਾ ਕਰ ਸਕਦਾ, ਇਹ ਤਾਂ ਉਹਦੀ ਆਪਣੀ ਮਰਜ਼ੀ ਤੇ ਨਿਰਭਰ ਕਰਦਾ, ਉਹਦੀ ਤਾਕਤ ਤੇ ਨਿਰਭਰ ਕਰਦਾ ਕਿ ਉਹਨੇ ਨਰਕ ਚ ਰਹਿਣਾ ਜਾਂ ਸੁਰਗ ਚ ਰਹਿਣਾ। ਮੇਰੀ ਤਾਂ ਸਮਝ ਆ ਗਈ ਬਈ ਗੱਲ, ਇਹ ਮੇਰੀ ਸਮਝ ਆ ਗਈ ਆ ਗੱਲ, ਭਗਵਾਨ ਬੁੱਧ ਦੀ ਗੱਲ ਇਹ ਸਮਝ ਮੇਰੇ ਆ ਗਈ ਆ, ਮੇਰੇ ਰੋਮ ਰੋਮ ਚ ਆਏ ਗੱਲ ਕਿ ਜਿਹੜੇ ਦੁੱਖ ਪੈਦਾ ਕਰਦੇ ਹਾਂ ਅਸੀਂ ਰਲ ਕੇ ਕਰਦੇ ਹਾਂ, ਇਹਨੂੰ ਸੰਯੁਕਤ ਕਾਰਨ ਕਹਿੰਦੇ ਆ। ਕਦੇ ਕਦੇ ਮੈਂ ਇਕੱਲਾ ਦੁੱਖ ਪੈਦਾ ਕਰਦਾ, ਕਦੇ ਕਦੇ ਪਰਿਵਾਰ ਦੇ ਮੇਰੇ ਦੇ ਜੀ ਦੁੱਖ ਪੈਦਾ ਕਰਦੇ ਆ, ਕਦੇ ਕਦੇ ਮੇਰਾ ਸਮਾਜ ਦੁੱਖ ਪੈਦਾ ਕਰਦਾ, ਕਦੇ ਕਦੇ ਪੂਰਾ ਦੇਸ਼ ਦੁੱਖ ਪੈਦਾ ਕਰਦਾ। ਤੇ ਜਦੋਂ ਵਰਲਡ ਵਾਰ ਲੱਗਦੀ ਹੈ ਤਾਂ ਫਿਰ ਪੂਰੀ ਦੁਨੀਆ ਦੁੱਖ ਪੈਦਾ ਕਰਦੀ ਹੈ, ਤੇ ਜਦੋਂ ਵਰਲਡ ਵਾਰ ਲੱਗਣ ਤੋਂ ਬਾਅਦ ਕਰੋੜਾਂ ਬੰਦਿਆਂ ਦੇ ਮਰ ਜਾਣ ਤੋਂ ਬਾਅਦ ਜਦੋਂ ਸ਼ਾਂਤੀ ਸਥਾਪਿਤ ਕਰਦੀ ਹੈ ਕਰਦਾ ਹੈ ਤਾਂ ਉਹ ਵੀ ਸੰਸਾਰ ਸਥਾਪਿਤ ਕਰਦਾ। ਮਤਲਬ ਜਾਣੀ ਵਰਲਡ ਵਾਰ ਲਾਉਂਦਾ ਤਾਂ ਆਦਮੀ, ਸ਼ਾਂਤੀ ਸਥਾਪਿਤ ਕਰਦਾ ਤਾਂ ਆਦਮੀ, ਤੇ ਜੇ ਉਹਨੇ ਸ਼ਾਂਤੀ ਚਾਹੀਦੀ ਹੈ ਸੁੱਖ ਤੋਂ ਬਿਨਾਂ ਉਹ ਜਿਉਂ ਨਹੀਂ ਸਕਦਾ, ਫਿਰ ਉਹ ਦੁੱਖਾਂ ਤੋਂ ਬਾਹਰ ਆਵੇ, ਨਰਕ ਚੋਂ ਬਾਹਰ ਆਵੇ, ਉਹ ਗੰਦਗੀ ਤੋਂ ਬਾਹਰ ਆਵੇ। ਇਹੀ ਸਾਡਾ ਮਕਸਦ ਹੈ ਨਾ, ਅਸੀਂ ਮਰਨ ਤੋਂ ਬਾਅਦ ਸੁਰਗ ਕੀ ਕਰਨ, ਨਰਕ ਤਾਂ ਅਸੀਂ ਇੱਥੇ ਭੋਗ ਰਹੇ ਹਾਂ, ਮਰਨ ਤੋਂ ਬਾਅਦ ਕਿਸਨੇ ਵੇਖਿਆ ਨਰਕ? ਗੁਰੂ ਤਾਂ ਇਹੀ ਕਹਿੰਦਾ ਨਾ ਕਿਸਨੇ ਵੇਖਿਆ, ਭਗਵਾਨ ਬੁੱਧ ਕਹਿੰਦੇ ਕਿੱਥੇ ਹੈ ਨਰਕ ਬਈ, ਜਦ ਤੁਸੀਂ ਜਾਣਾ ਆਉਣਾ ਹੀ ਨਹੀਂ, ਬਾਣੀ ਵੀ ਕਹਿੰਦੀ ਕਿਤੇ ਜਾਣਾ ਆਉਣਾ ਹੀ ਨਹੀਂ। ਔਰ ਸੰਸਾਰ ਦਾ ਵਿਗਿਆਨ, ਬ੍ਰਹਮ ਵਿਗਿਆਨ ਹੈ ਜਿਹੜਾ, ਬ੍ਰਹਿਮੰਡ ਦਾ ਵਿਗਿਆਨ, ਉਹ ਵੀ ਕਹਿੰਦਾ ਹੈ ਕਿ ਤੁਸੀਂ ਪੰਜਾਂ ਤੱਤਾਂ ਦੇ ਪੁਤਲੇ ਇਸ ਧਰਤੀ ਤੇ ਪੈਦਾ ਹੋਏ ਆ ਔਰ ਇਸੇ ਧਰਤੀ ਤੇ ਖਤਮ ਹੋ ਜਾਓ, ਹਵਾ ਹਵਾ ਚ ਰਲ ਜਾਏਗੀ, ਮਿੱਟੀ ਮਿੱਟੀ ਚ ਰਲ ਜਾਏਗੀ, ਪਾਣੀ ਪਾਣੀ ਚ ਰਲ ਜਾਏਗਾ, ਅੱਗ ਅੱਗ ਚ ਰਲ ਜਾਏਗੀ, ਇੱਥੋਂ ਹੀ ਤੁਸੀਂ ਆਏ ਇੱਥੋਂ ਵਾਪਸ ਚਲੇ ਜਾਓ। ਸੋ ਵੀਰੋ ਮੈਂ ਤਾਂ ਇਹੀ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਸੀ ਕਿ ਮਨੁੱਖ ਜਦੋਂ ਆਪਣੇ ਸਮਾਜ ਦੀ ਖਾਤਰ, ਆਪਣੀ ਖਾਤਰ, ਆਪਣੇ ਪਰਿਵਾਰ ਦੀ ਖਾਤਰ ਜਾਂ ਆਪਣੇ ਦੇਸ਼ ਦੀ ਖਾਤਰ ਜਿਉਣਾ ਚਾਹੁੰਦਾ ਹੈ ਤਾਂ ਉਹ ਇੰਨਾ ਸੌਖਾ ਨਹੀਂ ਹੈ, ਸੌਖਾ ਨਹੀਂ ਹੈ, ਪਰ ਇੰਨਾ ਔਖਾ ਵੀ ਨਹੀਂ। ਅਗਰ ਜਿਉਣ ਦਾ ਵੱਲ ਆ ਜਾਏ ਤਾਂ ਔਖਾ ਔਖਾ, ਤੇ ਜੇ ਬਹੁਤ ਸਾਰੇ ਲੋਕ, ਲੱਖਾਂ ਲੋਕ, ਕਰੋੜਾਂ ਲੋਕ ਇਸ ਗੱਲ ਨੂੰ ਸਮਝ ਲੈਣ ਤਾਂ ਬਿਲਕੁਲ ਵੀ ਔਖਾ। ਇਹ ਜਿਹੜੀਆਂ ਦੀਵਾਰਾਂ ਅਸੀਂ ਖੜੀਆਂ ਕਰਕੇ ਰਾਤ ਨੂੰ ਵੀ ਦੀਵਾਰਾਂ ਦੇ ਅੰਦਰ ਸੌਂਦੇ ਹਾਂ ਤੇ ਦਿਨਾਂ ਵੀ ਦਿਨ ਨੂੰ ਵੀ ਦੀਵਾਰਾਂ ਦੇ ਅੰਦਰ ਚਲਦੇ ਹਾਂ, ਅਸੀਂ ਇਹਨਾਂ ਦੀਵਾਰਾਂ ਨੂੰ ਡਿੱਗਣ ਨਹੀਂ ਦਿੰਦੇ, ਇਹਨਾਂ ਦੀਵਾਰਾਂ ਨੂੰ ਸਾਂਭਣ ਦੀ, ਜਾਣੀ ਸਾਡੀ ਜ਼ਿੰਦਗੀ ਇਹਨਾਂ ਨੂੰ ਦੀਵਾਰਾਂ ਨੂੰ ਸਾਂਭਣ ਤੇ ਲੱਗੀ ਰਹਿੰਦੀ ਹੈ ਕਿ ਕੋਈ ਇੱਟ ਨਾ ਨਿਕਲ ਜਾਏ ਵਿੱਚੋਂ, ਕੋਈ ਮੋਹਰੀ ਨਾ ਨਿਕਲ ਜਾਏ, ਕੋਈ ਬਨੇਰਾ ਨਾ ਢਹਿ ਜਾਏ। ਇਹ ਹੈ ਸਾਡੀ ਮੁਸੀਬਤਾਂ ਦਾ ਕਾਰਨ, ਇਹ ਹੈ ਸਾਡੇ ਦੁੱਖਾਂ ਦਾ ਕਾਰਨ ਕਿ ਅਸੀਂ ਬੰਦੇ ਤੇ ਬੰਦੇ ਵਿਚਕਾਰ ਖੜੀਆਂ ਦੀਵਾਰਾਂ ਜਿਹੜੀਆਂ ਖੁਦ ਖੜੀਆਂ ਕੀਤੀਆਂ ਉਹਨੂੰ ਡਿੱਗਣ ਨਹੀਂ ਦਿੰਦੇ। ਜੈ ਭੀਮ, ਜੈ ਭਾਰਤ, ਨਮੋ ਬੁੱਧਾਇ।